ਦੋਸਤੋ ਅੱਜ ਆਪਾਂ ਗੱਲ ਕਰਾਂਗੇ ਕੈਨੇਡਾ ਦੇ ਟੂਰਿਸਟ ਵੀਜ਼ਾ ਦੇ ਟ੍ਰੈਂਡ ਦੀ। ਟ੍ਰੈਂਡ ਦੋਸਤੋ ਬਹੁਤ ਸ਼ਾਨਦਾਰ ਹੈ, ਪਰ ਇਸਦੇ ਬਾਵਜੂਦ ਬਹੁਤ ਸਾਰੇ ਲੋਕਾਂ ਦੇ ਮੈਨੂੰ ਜਿਹੜੇ ਸਵਾਲ ਆ ਰਹੇ ਆ, ਔਰ ਜ਼ਿਆਦਾਤਰ ਸਵਾਲ ਕਾਮਨ ਆ ਉਹੀ ਹੈ ਕਿ ਟ੍ਰੈਂਡ ਜਿਹੜਾ ਹੈਗਾ ਇਹ 'ਚ ਰਿਫਿਊਜ਼ਲ ਜ਼ਿਆਦਾ ਆ ਰਹੀ ਹੈ, ਔਰ ਉਹ ਕਹਿ ਰਹੇ ਕਿ IRCC ਦੀ ਜਿਹੜੀ ਹੈਗੀ ਹੈ ਪੋਰਟਲ ਹੈ, ਪੋਰਟਲ ਦੇ ਉੱਤੇ ਵੀ ਜਿਹੜਾ ਡਾਟਾ ਦਿੱਤਾ ਉਹਦੇ 'ਤੇ ਵੀ ਰਿਜ਼ਲਟ 50% ਸ਼ੋ ਹੋ ਰਿਹਾ। ਤਾਂ ਤੁਸੀਂ ਕਿਸ ਤਰ੍ਹਾਂ ਕਹਿ ਰਹੇ ਹਾਂ ਕਿ ਪੋਜ਼ਿਟਿਵ ਔਰ ਟ੍ਰੈਂਡ ਬਹੁਤ ਵਧੀਆ? ਤਾਂ ਗਾਈਸ, ਟ੍ਰੈਂਡ ਬਹੁਤ ਵਧੀਆ ਹੈ, ਇਹ ਮੈਂ ਤੁਹਾਨੂੰ ਇਸ ਵੀਡੀਓ ਵਿੱਚ ਦੱਸਣ ਜਾ ਰਿਹਾ ਕਿਵੇਂ ਹੈ। ਔਰ ਗਾਈਸ, ਜਿਹੜਾ ਪ੍ਰੋਸੈਸਿੰਗ ਟਾਈਮ ਦਾ ਤੁਹਾਡਾ ਹੈਗਾ ਉਹ ਵੀ ਸ਼ੰਕਾ ਦੂਰ ਕਰ ਦੂੰਗਾ ਮੈਂ, ਔਰ ਜੇਕਰ ਮਤਲਬ ਤੁਹਾਡੇ ਜਲਦੀ ਆ ਰਹੇ ਹੈਗੇ ਆ, 10 ਤੋਂ 15 ਦਿਨਾਂ ਦੇ ਵਿੱਚ ਰਿਜ਼ਲਟ ਆ ਰਹੇ ਆ ਟੂਰਿਸਟ ਵੀਜ਼ੇ ਦੇ, ਉਹਦੇ ਵਿੱਚ ਰਿਫਿਊਜ਼ਲ ਦੇ ਚਾਂਸ ਜਿਹੜੇ ਆ 60 ਤੋਂ 70% ਆ। ਉਹ ਕਿਉਂ ਹੈ ਇਹ ਵੀ ਵੀਡੀਓ ਦੇ ਵਿੱਚ ਦੱਸੂੰਗਾ ਮੈਂ, ਵੀਡੀਓ ਦੇ ਅੰਤ ਤੱਕ ਬਣੇ ਰਹੋ, ਪੂਰੀ ਵੀਡੀਓ ਦੀ ਜਾਣਕਾਰੀ ਬਹੁਤ ਹੀ ਇਨਫੋਰਮੇਟਰੀ ਹੋਣ ਵਾਲੀ ਹੈ। ਔਰ ਗਾਈਜ਼, ਇਨਫੋਰਮੇਸ਼ਨ ਤੁਹਾਡੇ ਬਹੁਤ ਹੀ ਕੰਮ ਆਊਗੀ, ਲਾਹੇਵੰਦ ਹੋਊਗੀ। ਇਸ ਵੀਡੀਓ ਨੂੰ ਦੇਖ ਕੇ ਅੰਤ ਵਿੱਚ ਜੇ ਸੱਚਮੁੱਚ ਲੱਗੇ ਕਿ ਇਹ ਤੁਹਾਡੇ ਲਈ ਲਾਹੇਵੰਦ ਹੈ, ਲਾਈਕ ਕਰ ਦਿਆ ਕਰੋ ਦੋਸਤੋ, ਲਾਈਕ ਜ਼ਰੂਰ ਕਰਿਆ ਕਰੋ, ਔਰ ਸ਼ੇਅਰ ਕਰ ਦਿਆ ਕਰੋ ਦੱਬ ਕੇ, ਤਾਂ ਜੋ ਤੁਹਾਡੇ ਸਾਥੀਆਂ ਦੋਸਤਾਂ ਮਿੱਤਰਾਂ ਤੱਕ ਵੀ ਇਹ ਇਨਫੋਰਮੇਸ਼ਨ ਪਹੁੰਚ ਸਕੇ। ਸਤਿ ਸ਼੍ਰੀ ਅਕਾਲ, ਨਮਸਕਾਰ, ਕੇਮ ਸ਼ੋ, ਮੌਜਾਂ ਮਾਣਦੇ ਹੋ, ਮੌਜਾਂ ਹੀ ਮਾਣਦੇ ਰਹੋ। ਵੈਲਕਮ ਟੂ ਭੋਪਾਲ ਫੈਮਿਲੀ, ਅਨਦਰ ਵੀਡੀਓ। ਜੀ ਹਾਂ ਗਾਈਸ, ਹੁਣ ਆਪਾਂ ਅੱਜ ਕਰਾਂਗੇ ਟੂਰਿਸਟ ਵੀਜ਼ਾ, ਕੈਨੇਡਾ ਦੇ ਟੂਰਿਸਟ ਵੀਜ਼ਾ ਦੇ ਟ੍ਰੈਂਡ ਦੀ। ਕਿਉਂ ਮੈਂ ਕਹਿ ਰਿਹਾ ਕਿ ਟ੍ਰੈਂਡ ਵਧੀਆ, ਜਦਕਿ IRCC ਦੀ ਵੈਬਸਾਈਟ 'ਤੇ 50% ਰਿਜ਼ਲਟ ਸ਼ੋਅ ਹੋ ਰਿਹਾ, ਅਤੇ ਇਸ ਦੇ ਬਾਵਜੂਦ ਵੀ ਮੈਂ ਕਹਿ ਰਿਹਾ ਕਿ ਟ੍ਰੈਂਡ ਬਹੁਤ ਸ਼ਾਨਦਾਰ ਹੈ। ਔਰ ਮੈਂ ਜੇ ਕਹਿ ਰਿਹਾ ਕਿ ਪ੍ਰੋਸੈਸਿੰਗ ਟਾਈਮ 'ਚ ਘਬਰਾਓ ਨਾ, ਡਿਲੇ ਹੋ ਰਿਹਾ ਉਹ ਤੁਹਾਡੇ ਬੈਨੀਫਿਟ ਲਈ ਹੈ, ਤਾਂ ਕਿਉਂ ਕਹਿ ਰਿਹਾ? ਚਲੋ ਵੀਡੀਓ ਕਰਦੇ ਹਾਂ ਸ਼ੁਰੂ। ਦੋਸਤੋ, ਸਾਥੀਓ, ਬੱਚਿਓ, ਤੁਹਾਡਾ ਜਿਹੜਾ ਸਵਾਲ ਹੈ ਕੈਨੇਡਾ ਦੇ ਟੂਰਿਸਟ ਵੀਜ਼ੇ ਦਾ ਕਿ ਅੱਜ ਕੱਲ੍ਹ ਜ਼ਿਆਦਾ ਰਿਫਿਊਜ਼ਲ ਆ ਰਹੀ ਹੈ, ਉਸ ਸਵਾਲ ਦੇ ਜਵਾਬ ਵਿੱਚ ਮੈਂ ਤੁਹਾਨੂੰ ਦੱਸਦਾ ਕਿ ਤੁਹਾਡੀ ਇਸ ਗੱਲ ਦਾ ਸ਼ੰਕਾ ਵੀ ਮੈਂ ਕੱਢ ਦਿੰਦਾ ਕਿ ਜਿਹੜਾ ਤੁਸੀਂ IRCC ਦੇ ਪੋਰਟਲ 'ਤੇ ਦੇਖ ਰਹੇ ਹੈ ਕਿ ਜੋ ਹੈ ਰਿਜ਼ਲਟ ਜੋ ਹੈ ਉਹ ਹੈ 50% ਹੈ, ਯਾਨੀ ਜਿੰਨੀਆਂ ਟੋਟਲ ਐਪਲੀਕੇਸ਼ਨਾਂ ਲੱਗ ਰਹੀਆਂ ਉਹਦਾ ਟੋਟਲ TR ਦੀਆਂ, ਇਹਦੇ ਵਿੱਚ ਸਟੱਡੀ ਵੀਜ਼ਾ ਵੀ, ਇਹਦੇ ਵਿੱਚ ਟੂਰਿਸਟ ਵੀਜ਼ਾ ਵੀ, ਇਹਦੇ ਵਿੱਚ ਸਪਾਊਸ ਵੀਜ਼ਾ ਵੀ ਹੈ ਗਾਈਜ਼। ਔਰ ਗਾਈਜ਼, ਇਸ ਕਰਕੇ ਇਹਨਾਂ ਦੀ ਜਿਹੜਾ ਹੈਗਾ ਰਿਜ਼ਲਟ ਜਿਹੜਾ ਹੈਗਾ IRCC ਵੱਲੋਂ ਜਿਹੜਾ ਹੈ ਉਹ ਸ਼ੋਅ ਹੋ ਰਿਹਾ ਹੈਗਾ 50%। ਪਰ ਗਾਈਜ਼, ਇਹ ਜੋ ਹੈ ਪੂਰੇ ਵਰਲਡ ਦਾ ਡਾਟਾ ਹੈਗਾ, ਇੰਡੀਆ ਦਾ ਡਾਟਾ ਕੀ ਹੈ? ਇੰਡੀਆ ਦਾ ਡਾਟਾ ਜਦੋਂ ਮੈਂ ਦੱਸੂੰਗਾ ਤਾਂ ਤੁਹਾਨੂੰ ਪਤਾ ਲੱਗ ਜਾਊਗਾ ਕਿ ਮੈਂ ਕਿਉਂ ਕਹਿ ਰਿਹਾ ਕਿ ਟ੍ਰੈਂਡ ਬਹੁਤ ਸ਼ਾਨਦਾਰ ਹੈ। ਤੁਸੀਂ ਇੰਡੀਆ ਦਾ ਡਾਟਾ ਦੇਖੋ, ਜਿਹੜੀਆਂ ਐਪਲੀਕੇਸ਼ਨਾਂ TR ਵਾਲੀਆਂ, ਜਿਨ੍ਹਾਂ 'ਚ ਟੂਰਿਸਟ ਵੀਜ਼ਾ ਵੀ ਹੈ, ਸਟੱਡੀ ਵੀਜ਼ਾ ਵੀ ਹੈ, ਔਰ ਸਪਾਊਸ ਵੀਜ਼ਾ ਵੀ ਹੈ, ਉਹਨਾਂ ਦਾ ਜੋ ਹੈ ਸਕਸੈਸ ਰੇਟ ਗਾਈਜ਼ 80 ਤੋਂ 90% ਹੈ। ਜੀ ਹਾਂ, 80 ਤੋਂ 90% ਜਿਹੜਾ ਪੋਜ਼ਿਟਿਵ ਰਿਜ਼ਲਟ ਹੈ, ਔਰ ਇਸ ਕਰਕੇ ਮੈਂ ਇਹਦਾ ਟ੍ਰੈਂਡ ਜਿਹੜਾ ਹੈਗਾ ਬਹੁਤ ਸ਼ਾਨਦਾਰ ਦੱਸ ਰਿਹਾ। ਹੁਣ ਇੱਥੇ ਵੀ ਇੱਕ ਨਕੂਨਾ ਹੈ, ਉਹ ਨਕੂਨਾ ਕੀ ਹੈ, ਉਹ ਘੁੰਡੀ ਕੀ ਹੈ, ਉਹ ਇਹ ਹੈ ਗਾਈਜ਼, ਜਿਹੜਾ 80 ਤੋਂ 90% ਜੋ ਆਪਣਾ ਸਕਸੈਸ ਰੇਟ ਹੈ, ਇਹ ਹੈ ਟੋਟਲ TR ਇੰਡੀਆ ਤੋਂ ਲੱਗੀਆਂ ਹੋਈਆਂ ਟੋਟਲ TR ਐਪਲੀਕੇਸ਼ਨ ਦਾ, ਜਿਹਦੇ ਵਿੱਚ ਸਟੱਡੀ ਵੀਜ਼ਾ ਵੀ ਸ਼ਾਮਿਲ ਹੈ, ਜਿਹਦੇ ਵਿੱਚ ਟੂਰਿਸਟ ਵੀਜ਼ਾ ਵੀ ਸ਼ਾਮਿਲ ਹੈ, ਜਿਹਦੇ ਵਿੱਚ ਜਿਹੜਾ ਹੈਗਾ ਸਪਾਊਸ ਵੀਜ਼ਾ ਵੀ ਸ਼ਾਮਿਲ ਹੈ। ਇਹਦੇ ਵਿੱਚ ਸਟੱਡੀ ਵੀਜ਼ੇ ਦੇ ਜ਼ਿਆਦਾ ਸਕਸੈਸ ਰੇਟ ਹੈ ਗਾਈਜ਼, ਸਟੱਡੀ ਵੀਜ਼ੇ ਦਾ ਜ਼ਿਆਦਾ ਸਕਸੈਸ ਰੇਟ ਹੋਣ ਕਰਕੇ 80 ਤੋਂ 90% ਇੰਡੀਆ ਦਾ ਜਿਹੜਾ ਹੈਗਾ ਸਕਸੈਸ ਰੇਟ ਸ਼ੋਅ ਹੋ ਰਿਹਾ। ਲੇਕਿਨ ਜੇਕਰ ਆਪਾਂ ਐਕਚੁਅਲ ਟੂਰਿਸਟ ਵੀਜ਼ਾ ਜੋ ਇੰਡੀਆ ਤੋਂ ਅਪਲਾਈ ਹੁੰਦਾ ਉਹਦਾ ਸਕਸੈਸ ਰੇਟ ਕੀ ਹੈ, ਜੇ ਉਹਦੀ ਗੱਲ ਕਰੀਏ
ਤਾਂ ਉਹ ਵੀ ਸ਼ਾਨਦਾਰ ਹੈਗਾ ਜੀ, ਉਹ ਵੀ RICC ਤੋਂ ਜ਼ਿਆਦਾ ਹੀ ਹੈ। RICC ਦੇ ਜਿਹੜਾ ਹੈਗਾ ਆਲ ਓਵਰ ਵਰਲਡ ਦਾ ਜੋ ਉਹ ਰਿਜ਼ਲਟ ਕੱਢ ਰਹੇ ਆ 50% ਕੱਢ ਰਹੇ ਆ, ਉਸ ਤੋਂ ਜ਼ਿਆਦਾ, ਕਿੰਨਾ ਜ਼ਿਆਦਾ, ਮੈਂ ਤੁਹਾਡੇ ਨਾਲ ਹੁਣੇ ਕਰਦਾ ਸਾਂਝਾ। ਦੋਸਤੋ ਗਾਈਜ਼, ਇੰਡੀਆ ਤੋਂ ਟੂਰਿਸਟ ਵੀਜ਼ਾ, ਵਿਜ਼ਟਰ ਵੀਜ਼ੇ ਦੀਆਂ ਜਿੰਨੀਆਂ ਐਪਲੀਕੇਸ਼ਨਾਂ ਲੱਗ ਰਹੀਆਂ ਉਹਨਾਂ ਦਾ ਸਕਸੈਸ ਰੇਟ 60-70% ਹੈ। ਜੀ ਹਾਂ, 60-70% ਹੈ। ਤਾਂ ਇਸ ਲਈ ਹੀ ਮੈਂ ਕਹਿ ਰਿਹਾ ਕਿ ਟ੍ਰੈਂਡ ਜੋ ਹੈ ਬਹੁਤ ਸ਼ਾਨਦਾਰ ਹੈ। ਪਹਿਲਾਂ ਜੋ ਇਹ ਸਕਸੈਸ ਰੇਟ ਹੈ 90% ਸੀ, 90 ਤੋਂ ਵੀ ਉੱਪਰ ਸੀ, ਹੁਣ 60-70% ਕਿਉਂ ਰਹਿ ਗਿਆ, ਇਹਦਾ ਮੈਂ ਕਾਰਨ ਤੁਹਾਨੂੰ ਦੱਸਦਾ। ਇਹਦਾ ਕਾਰਨ ਹੀ ਪ੍ਰੋਸੈਸਿੰਗ ਟਾਈਮ ਨਾਲ ਜੁੜਿਆ ਹੋਇਆ ਗਾਈਜ਼, ਪ੍ਰੋਸੈਸਿੰਗ ਟਾਈਮ ਦੇ ਨਾਲ ਹੀ ਇਹਦਾ ਕਾਰਨ ਜੁੜਿਆ ਰਿਜ਼ਲਟ ਦਾ। ਜੇਕਰ ਤੁਸੀਂ ਪ੍ਰੋਸੈਸਿੰਗ ਟਾਈਮ ਮੈਨੂੰ ਪੁੱਛਦੇ ਹੈ, ਹੁਣ ਆਪਾਂ ਪ੍ਰੋਸੈਸਿੰਗ ਟਾਈਮ ਦਾ ਵੀ ਜ਼ਿਕਰ ਕਰੂੰਗਾ ਮੈਂ, ਔਰ ਨਾਲ ਦੀ ਨਾਲ ਗਾਈਜ਼ ਜ਼ਿਕਰ ਕਰੂੰਗਾ ਟ੍ਰੈਂਡ ਦਾ। ਸਾਥੀਓ, ਦੋਸਤੋ, ਇੰਡੀਆ ਤੋਂ ਟੂਰਿਸਟ ਔਰ ਵਿਜ਼ਟਰ ਵੀਜ਼ੇ ਦੀਆਂ ਜੋ ਐਪਲੀਕੇਸ਼ਨਾਂ ਲੱਗ ਰਹੀਆਂ ਹੈਗੀਆਂ ਉਹਨਾਂ 'ਚੋਂ ਕਾਫੀ ਸਾਰੀਆਂ ਜਿਹੜੀਆਂ ਹੈਗੀਆਂ 10-15-20 ਦਿਨਾਂ ਦੇ ਵਿੱਚ ਵੀ ਉਹਨਾਂ ਦੇ ਰਿਜ਼ਲਟ ਆ ਰਹੇ ਆ, ਲੇਕਿਨ ਬਹੁਤ ਜ਼ਿਆਦਾ ਗਿਣਤੀ ਜਿਹੜੀ ਹੈਗੀ ਹੈ, ਬਹੁਤ ਗਿਣਤੀ ਜਿਹੜੀ ਹੈਗੀ ਹੈ ਉਹਨਾਂ ਦਾ 1.5-2 ਮਹੀਨੇ ਲੱਗ ਰਹੇ ਹੈ। 1.5-2 ਮਹੀਨੇ ਜਿਨ੍ਹਾਂ ਨੂੰ ਲੱਗ ਰਹੇ ਆ ਗਾਈਜ਼, ਉਹ ਥੋੜ੍ਹੇ ਜਿਹੇ ਪੋਜ਼ਿਟਿਵ ਹੋ ਜਾਓ, ਉਹ ਘਬਰਾਓ ਨਾ, ਉਹਨਾਂ ਦਾ ਰਿਜ਼ਲਟ ਜਿਹੜਾ ਹੈਗਾ 80% ਤੋਂ ਜ਼ਿਆਦਾ ਪੋਜ਼ਿਟਿਵ ਆਉਣ ਦੇ ਚਾਂਸ ਹੈ। ਔਰ ਜਿਨ੍ਹਾਂ ਦੇ ਜਲਦੀ ਜਲਦੀ ਰਿਜ਼ਲਟ ਆ ਰਹੇ ਆ ਉਹਨਾਂ ਦੇ 80% ਰਿਜ਼ਲਟ ਨੈਗੇਟਿਵ ਆਉਣ ਦੇ ਚਾਂਸ ਹੈ। ਉਹ ਕਿਉਂ ਅਤੇ ਕਿਵੇਂ ਜਾਣੋ ਮੇਰੇ ਤੋਂ। ਉਹ ਇਸ ਤਰ੍ਹਾਂ ਗਾਈਜ਼ ਕਿ ਪਹਿਲਾਂ ਜਿਸ ਤਰ੍ਹਾਂ ਮੈਂ ਤੁਹਾਨੂੰ ਵਾਰ ਵਾਰ ਆਪਣੀਆਂ ਪੁਰਾਣੀਆਂ ਵੀਡੀਓ 'ਚ ਦੱਸਿਆ ਸੀਗਾ ਕਿ ਕੈਨੇਡਾ ਦਾ ਜੋ ਆਪਣਾ ਇੰਡੀਆ ਦੇ ਵਿੱਚ ਜਿਹੜਾ ਹੈ ਇਹਨਾਂ ਦੀ ਐਮਬੈਸੀ ਹੈ ਜੋ ਦਿੱਲੀ ਦੇ ਵਿੱਚ, ਉਹਦੇ ਵਿੱਚ ਇੰਪਲਾਈਜ਼ ਜਿਹੜੇ ਹੈਗੇ ਆ ਪਿਛਲੇ ਸਾਲ ਕਾਫੀ ਘੱਟ ਗਏ ਸੀਗੇ। ਉਹ ਇੰਡੀਆ ਗੌਰਮੈਂਟ ਦੀ ਕਾਰਨ, ਇੰਡੀਆ ਗੌਰਮੈਂਟ ਦੇ ਕਹਿਣ 'ਤੇ ਇਹਨਾਂ ਨੂੰ ਬਹੁਤ ਸਾਰੇ ਇੰਪਲਾਈ ਜਿਹੜੇ ਆਪਦੇ ਕੈਨੇਡਾ ਵਾਪਸ ਭੇਜਣੇ ਪੈ ਗਏ ਸੀ, ਜਿਹਦੇ ਕਰਕੇ ਇੰਪਲਾਈ ਜਿਹੜੇ ਹੈਗੇ ਆ ਔਰ ਆਫਿਸਰ ਜਿਹੜੇ ਹੈਗੇ ਆ ਉਹਨਾਂ ਦੀ ਸੰਖਿਆ ਘਟਣ ਨਾਲ ਵੀ ਪ੍ਰੋਸੈਸਿੰਗ ਦਾ ਟਾਈਮ ਜਿਹੜਾ ਘਟਣਾ ਸੀਗਾ। ਲੇਕਿਨ ਕੈਨੇਡਾ ਗੌਰਮੈਂਟ ਨੇ ਪੰਜਾਬੀਆਂ ਨਾਲ ਦਾਅਵਾ ਕੀਤਾ ਸੀ, ਹਿੰਦੁਸਤਾਨੀਆਂ ਨਾਲ ਹੀ, ਜਿੰਨਾ ਜ਼ਿਆਦਾ ਆਪਾਂ ਜਾਂਦੇ ਹਾਂ ਕੈਨੇਡਾ, ਇਸ ਕਰਕੇ ਉਹਨਾਂ ਨੇ ਵਾਅਦਾ ਕੀਤਾ ਸੀ ਕਿ ਅਸੀਂ ਜਿਹੜਾ ਤੁਹਾਡਾ ਪ੍ਰੋਸੈਸਿੰਗ ਟਾਈਮ ਜ਼ਿਆਦਾ ਨਹੀਂ ਹੋਣ ਦਿਆਂਗੇ। ਤਾਂ ਉਹਨਾਂ ਨੇ AI ਯਾਨੀ ਆਰਟੀਫਿਸ਼ਲ ਇੰਟੈਲੀਜੈਂਸੀ ਦੇ ਨਾਲ ਰਿਜ਼ਲਟ ਕੱਢਣੇ ਸ਼ੁਰੂ ਕਰ ਦਿੱਤੇ ਸੀ। ਆਰਟੀਫਿਸ਼ਲ ਇੰਟੈਲੀਜੈਂਸੀ ਕੀ ਹੁੰਦੀ ਹੈ ਦੱਸਦਾ। ਦੋਸਤੋ, ਟੂਰਿਸਟ ਵੀਜ਼ੇ ਦੀਆਂ ਐਪਲੀਕੇਸ਼ਨਾਂ ਜਿਹੜੀਆਂ ਹੈਗੀਆਂ ਜ਼ਿਆਦਾਤਰ ਜਿਹੜੀਆਂ ਹੈਗੀਆਂ ਹੈ ਉਹ ਆਰਟੀਫਿਸ਼ਲ ਇੰਟੈਲੀਜੈਂਸੀ ਨਾਲ ਕੱਢੀਆਂ ਜਾਂਦੀਆਂ ਸੀ, ਔਰ ਆਰਟੀਫਿਸ਼ਲ ਇੰਟੈਲੀਜੈਂਸੀ ਜਿਹੜੀ ਹੈਗੀ ਹੈ ਸਾਡੇ ਡਾਕੂਮੈਂਟ ਜਿਹੜੇ ਹੈਗੇ ਦੇਖ ਕੇ ਰਿਜ਼ਲਟ ਨੈਗੇਟਿਵ ਪੋਜ਼ਿਟਿਵ ਕੱਢਦੀ ਸੀ। ਇਸੇ ਕਰਕੇ ਸਾਡੇ ਜਿਹੜੇ ਏਜੰਟ ਸੀਗੇ ਉਹ 25-25 ਲੱਖ ਕਮਾਉਣ ਲੱਗ ਗਏ ਸੀ। ਉਹਨਾਂ ਨੇ ਜਦੋਂ ਦੇਖਿਆ ਕਿ ਕੰਪਿਊਟਰ ਜਿਹੜਾ ਹੈਗਾ ਕੀ ਚੀਜ਼ਾਂ ਚੈੱਕ ਕਰਦਾ, ਤਾਂ ਉਹਨਾਂ ਨੇ ਉਸ ਤਰ੍ਹਾਂ ਦੇ ਫੇਕ ਡਾਕੂਮੈਂਟ ਜਿਹੜੇ ਲਾਉਣੇ ਸ਼ੁਰੂ ਕਰ ਦਿੱਤੇ ਸੀ। ਫੇਕ ਡਾਕੂਮੈਂਟ ਲਾ ਤੇ ਵੀ ਆਹ ਉਹਨਾਂ ਦੀ ਇੰਪਲਾਈ ਹੈ, ਇੰਪਲਾਇਮੈਂਟ ਹੈ, ਯਾਨੀ ਆਹ ਉਹਦਾ ਧੰਦਾ ਜਾਂ ਆਹ ਉਹਦਾ ਜਿਹੜੀ ਨੌਕਰੀ ਹੈ ਉਹ ਜਾਲੀ ਲਾ ਦਿੰਦੇ ਸੀਗੇ, ਔਰ ਉਹਦੀ ਇਨਕਮ ਜਾਲੀ ਲਾ ਦਿੰਦੇ ਸੀ, ਔਰ ਉਹਦਾ ਜਿਹੜਾ ਸਟੇਟਸ ਜਿਹੜਾ ਹੈਗਾ ਇੰਡੀਆ ਦੇ ਵਿੱਚ ਬਹੁਤ ਹਾਈ ਪ੍ਰੋਫਾਈਲ ਦਿਖਾ ਦਿੰਦੇ ਸੀ ਜਾਲੀ ਡਾਕੂਮੈਂਟ ਦੇ ਨਾਲ। ਤਾਂ ਆਰਟੀਫਿਸ਼ਲ ਇੰਟੈਲੀਜੈਂਸੀ ਜਿਹੜੀ ਹੈਗੀ ਹੈ ਤੁਰੰਤ ਜਿਹੜੀ ਹੈ ਉਹਦਾ ਰਿਜ਼ਲਟ ਪੋਜ਼ਿਟਿਵ ਕੱਢ ਦਿੰਦੀ ਸੀ। ਇਹਦਾ ਅੱਗੇ ਜਾ ਕੇ ਖਾਮਿਆਜ਼ਾ ਪੁੱਛਿਆ ਕੁਝ ਲੋਕਾਂ ਨੇ, ਜਦੋਂ ਕਿ ਚੈਕਿੰਗ ਹੁੰਦੀ ਸੀਗੀ ਕੈਨੇਡਾ ਦੇ ਏਅਰਪੋਰਟ ਦੇ ਉੱਤੇ, ਤਾਂ ਜਿਹੜੇ ਨਕਲੀ ਜਾਂ ਜਾਲੀ ਉਹਨਾਂ ਦਾ ਪ੍ਰੋਫਾਈਲ ਬਣਾਈ ਹੁੰਦੀ ਸੀ, ਉਹ ਬੰਦੇ ਨੂੰ ਦੱਸਦੇ ਵੀ ਨਹੀਂ ਸੀਗੇ, 25 ਲੱਖ ਵੀ ਲੈ ਲੈਂਦੇ ਸੀ ਬੰਦੇ ਨੂੰ, ਦੱਸਦੇ ਵੀ ਨਹੀਂ ਸੀ ਅਸੀਂ ਤੈਨੂੰ ਕੀ ਬਣਾਤਾ, ਵੀ ਤੂੰ ਇੱਥੇ ਤਾਂ ਭਾਵੇਂ 12 ਗਰਦ ਹੈਗਾ ਵਿਹਲਾ ਹੈਗਾ, ਪਰ ਅਸੀਂ ਤੈਨੂੰ ਬਣਾਤਾ ਇੱਕ ਵੱਡੀ ਕੰਪਨੀ ਦਾ ਬਹੁਤ ਵੱਡਾ CEO ਬਣਾਤਾ, ਵੱਡੀ ਕੰਪਨੀ ਦਾ ਬਹੁਤ ਵੱਡਾ ਚੇਅਰਮੈਨ ਬਣਾਤਾ, ਤੁਹਾਨੂੰ ਪਤਾ ਹੀ ਨਹੀਂ।
ਹੁਣ ਜਦੋਂ ਉੱਥੇ ਸਵਾਲ ਹੁੰਦਾ ਕਿ ਤੂੰ ਇੰਡੀਆ 'ਚ ਕੀ ਕਰਦਾ, ਤਾਂ ਉਹ ਆਪਦਾ ਜਿਹੜਾ ਹੈਗਾ ਉਹਨਾਂ ਨੇ ਇੰਨਾ ਕੁ ਦੱਸਿਆ ਹੁੰਦਾ ਕਿ ਇੱਕ ਮੈਂ ਕੰਪਨੀ ਹੈ, ਕੰਪਨੀ ਦੇ ਵਿੱਚ ਕੰਮ ਕਰਦਾ, ਉਹ ਫਿਰ ਪੁੱਛਦੇ ਅਹੁਦਾ ਕੀ ਹੈ ਤੇਰਾ, ਉਹਨੂੰ ਅਹੁਦਾ ਨਹੀਂ ਪਤਾ ਹੁੰਦਾ, ਉਹਨੂੰ ਉਹ ਪੁੱਛਦੇ ਤੇਰੀ ਕੰਪਨੀ ਕੰਮ ਕੀ ਕਰਦੀ, ਉਹਨੂੰ ਇਹ ਨਹੀਂ ਪਤਾ ਹੁੰਦਾ ਉਹ ਕੰਪਨੀ ਕੰਮ ਕੀ ਕਰਦੀ ਹੈ, ਤਾਂ ਗਾਈਸ ਜਿਹਨੇ ਉਹ ਬੜੇ ਹੈਰਾਨ ਹੋਏ ਕਿ ਇਹ ਕੀ ਹੋ ਰਿਹਾ, ਇਹ ਫੇਕ ਡਾਕੂਮੈਂਟ ਲੱਗ ਰਹੇ ਆ। ਤਾਂ ਇਸ ਕਰਕੇ ਟੂਰਿਸਟ ਵੀਜ਼ੇ ਦੀ ਉਹਨਾਂ ਨੇ ਥੋੜ੍ਹੀ ਜਿਹੀ ਪ੍ਰੋਸੈਸਿੰਗ ਟਾਈਮ ਨੂੰ ਲੰਬਾ ਕੀਤਾ, ਲੇਕਿਨ ਉਹਦੇ ਵਿੱਚ ਇੱਕ ਚੀਜ਼ ਨੂੰ ਹੁਣ ਹੋਰ ਐਡ ਕੀਤਾ। ਦੋਸਤੋ, ਜਿਵੇਂ ਕਿ ਮੈਂ ਪਹਿਲਾਂ ਦੱਸਿਆ ਕਿ ਜਿਨ੍ਹਾਂ ਦੇ 10 ਤੋਂ 15 ਦਿਨਾਂ ਦੇ ਵਿੱਚ ਵਿੱਚ ਰਿਜ਼ਲਟ ਆ ਰਹੇ ਹੈਗੇ ਟੂਰਿਸਟ ਜਾਂ ਵਿਜ਼ਟਰ ਵੀਜ਼ੇ ਦੇ, ਉਹਨਾਂ 'ਚ 80% ਰਿਜ਼ਲਟ ਜਿਹੜੇ ਹੈਗੇ ਆ ਉਹ ਨੈਗੇਟਿਵ ਆ ਰਹੇ ਆ, 20% ਪੋਜ਼ਿਟਿਵ ਵੀ ਆ ਰਹੇ ਆ। ਅੱਛੀਆਂ ਪ੍ਰੋਫਾਈਲਾਂ ਜਿਹੜੀਆਂ ਐਕਚੁਅਲ ਅੱਛੀਆਂ ਪ੍ਰੋਫਾਈਲਾਂ, ਉਹਨੂੰ ਵੀ ਆਰਟੀਫਿਸ਼ਲ ਇੰਟੈਲੀਜੈਂਸ ਜਿਹੜੀ ਹੈਗੀ ਹੈ ਓਕੇ ਕਰ ਰਹੀ ਹੈ, ਲੇਕਿਨ ਜਿਨ੍ਹਾਂ 'ਤੇ ਸ਼ੱਕ ਹੁੰਦਾ ਗਾਈਜ਼ ਜਾਂ ਤਾਂ ਉਹਨਾਂ ਨੂੰ ਰਿਜੈਕਟ ਕਰ ਦਿੰਦੇ, ਜਾਂ ਉਹ ਪ੍ਰੋਫਾਈਲਾਂ ਜਿਹੜੀਆਂ ਹੈਗੀਆਂ ਆਪਣਾ ਇਮੀਗ੍ਰੇਸ਼ਨ ਆਫਿਸਰ ਨੂੰ ਦਿੱਤੀਆਂ ਜਾਂਦੀਆਂ। ਹੁਣ 1.5 ਤੋਂ 2 ਮਹੀਨੇ ਇਸ ਕਰਕੇ ਲੱਗਦੀਆਂ ਕਿ ਕੁਝ ਫਾਈਲਾਂ ਜਿਹੜੀਆਂ ਹੁਣ ਜਿਹੜੀਆਂ ਇਹ ਲੱਗਦੀਆਂ ਕਿ ਠੀਕ ਵੀ ਹੈ, ਫੇਕ ਨਾ ਹੋਣ, ਉਹਨੂੰ ਅੱਛੀ ਤਰ੍ਹਾਂ ਜਾਂਚਿਆ ਪਰਖਿਆ ਜਾਣਾ ਚਾਹੀਦਾ, ਆਰਟੀਫਿਸ਼ਲ ਇੰਟੈਲੀਜੈਂਸੀ ਨਾਲ ਰਿਜ਼ਲਟ ਨਹੀਂ ਕਰਨਾ ਚਾਹੀਦਾ। ਤਾਂ ਉਹ ਫਾਈਲਾਂ ਜਿਹੜੀਆਂ ਹੈਗੀਆਂ ਮੈਨੂਅਲੀ ਜਿਹੜੀਆਂ ਹੈਗੀਆਂ ਇਮੀਗ੍ਰੇਸ਼ਨ ਅਧਿਕਾਰੀਆਂ ਨੂੰ ਦਿੱਤੀਆਂ ਜਾ ਰਹੀਆਂ, ਇਮੀਗ੍ਰੇਸ਼ਨ ਅਧਿਕਾਰੀ ਉਹਨੂੰ ਬਰੀਕੀ ਨਾਲ ਜਾਂਚ ਕਰ ਰਹੇ ਆ, ਔਰ ਗਾਈਜ਼ ਇਸੇ ਕਰਕੇ 1.5 ਤੋਂ 2 ਮਹੀਨੇ ਲੱਗ ਰਹੇ ਆ। ਔਰ ਇਮੀਗ੍ਰੇਸ਼ਨ ਅਧਿਕਾਰੀ ਜਦੋਂ ਜਾਂਚ ਕਰ ਲੈਂਦੇ ਔਰ ਸ਼ੰਕਾਵਾਂ ਨਿਕਲ ਜਾਂਦੀਆਂ, ਤਾਂ 80% ਚਾਂਸ ਜਿਹੜੇ ਹੈਗੇ ਆ ਪੋਜ਼ਿਟਿਵ ਆਉਂਦੇ ਆ, ਰਿਜ਼ਲਟ ਜਿਹੜਾ ਹੈਗਾ ਪੋਜ਼ਿਟਿਵ ਆਉਂਦਾ ਹੈਗਾ। ਔਰ 20% ਹੀ ਐਸਾ ਹੁੰਦਾ ਜਿਹਦੇ ਵਿੱਚ ਉਹਨਾਂ ਨੂੰ ਵੀ ਥੋੜ੍ਹੀ ਜਿਹੀ ਸ਼ੰਕਾ ਘਿਰੀ ਰਹਿੰਦੀ ਹੈ। ਦੋਸਤੋ, ਜੇਕਰ ਤੁਹਾਨੂੰ ਟੂਰਿਸਟ ਜਾਂ ਵਿਜ਼ਟਰ ਵੀਜ਼ੇ 'ਤੇ 1.5 ਤੋਂ 2 ਮਹੀਨੇ ਹੋ ਗਏ ਆ ਫਾਈਲ ਲਾਈ ਨੂੰ, ਤਾਂ ਬੇਫਿਕਰ ਰਹੋ, ਤੁਸੀਂ ਘਬਰਾਓ ਨਾ, ਤੁਹਾਡੀ ਫਾਈਲ ਜਿਹੜੀ ਹੈਗੀ ਹੈ ਇਮੀਗ੍ਰੇਸ਼ਨ ਅਧਿਕਾਰੀ ਕੋਲ ਗਈ ਹੋਈ ਹੈ ਜਾਂਚ ਵਾਸਤੇ। ਪਰ ਹਾਂ, ਇਹ ਚੀਜ਼ ਜਿਹੜੀ ਮੈਂ ਪਹਿਲਾਂ ਵੀ ਦੱਸੀ ਹੈ ਕਿ ਜੇਕਰ ਤੁਹਾਡਾ ਜਿਹੜਾ ਟੂਰਿਸਟ ਦਾ ਪਰਪਸ ਜਿਹੜਾ ਹੈਗਾ ਘੁੰਮਣ ਦਾ ਪਰਪਸ ਜੇਕਰ ਐਕਸਪਾਇਰ ਹੋ ਰਿਹਾ, ਉਹ ਜ਼ਰੂਰ ਅਪਡੇਟ ਕਰ ਦਿਓ। ਉਹ ਭਾਵੇਂ ਮੈਨੂਅਲ ਵੀ ਹੈ ਚੈੱਕ ਕਰ ਰਿਹਾ ਤੁਹਾਡੀ ਫਾਈਲ, ਲੇਕਿਨ ਉਹ ਕੰਪਿਊਟਰ ਦੇ ਵਿੱਚ ਵੀ ਉਹਨੇ ਚੈੱਕ, ਤਾਂ ਕੰਪਿਊਟਰ 'ਚ ਕੀ ਕਰਨਾ, ਉੱਥੇ ਤੁਹਾਡੀ ਫਾਈਲ ਜਿਹੜੀ ਅਪਡੇਟ ਹੋ ਜਾਊਗੀ, ਤਾਂ ਉਹਨੂੰ ਮਤਲਬ ਜਿਹੜਾ ਹੋ ਜਾਊਗਾ ਕਿ ਹਾਂ ਠੀਕ ਹੈ, ਤਾਂ ਪਰਪਸ ਜਿਹੜਾ ਖਤਮ ਨਹੀਂ ਹੋਇਆ, ਇਸ ਕਰਕੇ ਮੈਨੂੰ ਵੀਜ਼ਾ ਦੇਣਾ ਚਾਹੀਦਾ। ਤਾਂ ਗਾਈਜ਼, ਜੇਕਰ ਤੁਹਾਨੂੰ ਕੋਈ ਈਮੇਲ ਆਉਂਦੀ, ਜਿਵੇਂ ਪਿਛਲੀ ਵੀਡੀਓ 'ਚ ਦੱਸਿਆ ਸੀ ਕਿ ਆਪਣੀ ਜਿਹੜੀ ਹੈਗੀ ਹੈ ਫੰਡਸ ਨੂੰ ਅਪਡੇਟ ਕਰੋ, ਤਾਂ ਫੰਡਸ ਵੀ ਈਮੇਲ ਚੈੱਕ ਕਰਕੇ ਅਪਡੇਟ ਕਰ ਦਿਓ। 1.5 ਤੋਂ 2 ਮਹੀਨੇ ਲੱਗ ਰਹੇ, ਘਬਰਾਓ ਨਾ, ਪ੍ਰੋਸੈਸਿੰਗ ਟਾਈਮ ਲੰਬਾ ਹੋ ਰਿਹਾ, ਘਬਰਾਓ ਨਾ, ਕਿਉਂਕਿ RICC ਦਾ ਜਿਹੜਾ ਹੈਗਾ ਪ੍ਰੋਸੈਸਿੰਗ ਟਾਈਮ ਥੋੜ੍ਹਾ ਜਿਹਾ ਲੰਬਾ ਹੋ ਰਿਹਾ ਆਉਣ ਵਾਲੇ ਟਾਈਮ 'ਚ, ਕਿਉਂਕਿ ਉਹ ਚੈਕਿੰਗ ਜਿਹੜੀ ਹੁਣ ਇੰਡੀਵਿਜੁਅਲ ਵੀ ਹੋ ਰਹੀ ਹੈ, ਮੈਨੂਅਲ ਵੀ ਹੋ ਰਹੀ ਹੈ, ਆਰਟੀਫਿਸ਼ਲ ਇੰਟੈਲੀਜੈਂਸੀ ਨਾਲ ਵੀ ਕੁਝ ਕੇਸ ਹੋ ਰਹੇ ਆ, ਲੇਕਿਨ ਆਰਟੀਫਿਸ਼ਲ ਇੰਟੈਲੀਜੈਂਸੀ ਨਾਲ ਜ਼ਿਆਦਾਤਰ ਕੇਸ ਜਿਹੜੇ ਆ ਰਿਜੈਕਟ ਹੋ ਰਹੇ ਆ। ਇਸੇ ਕਰਕੇ ਹੀ ਗਾਈਜ਼, ਇੰਡੀਆ ਤੋਂ ਜਿਹੜਾ ਹੈਗਾ ਟੂਰਿਸਟ ਅਤੇ ਵਿਜ਼ਟਰ ਵੀਜ਼ਾ ਜਿਹੜਾ ਹੈਗਾ, ਜਿਹਦਾ ਪਹਿਲਾਂ ਟ੍ਰੈਂਡ ਜਿਹੜਾ ਸੀਗਾ 90% ਤੱਕ ਵੀ ਸੀਗਾ, ਉਹ 60-70% ਰਹਿ ਗਿਆ ਹੈਗਾ, ਲੇਕਿਨ ਹੁਣ ਤੁਸੀਂ ਜਿਹੜੇ ਫੇਕ ਡਾਕੂਮੈਂਟਾਂ ਦਾ ਇਸਤੇਮਾਲ ਨਾ ਕਰੋ, ਤੁਹਾਡੀ ਅੱਛੀ ਪ੍ਰੋਫਾਈਲ ਹੈ ਔਰ ਆਪਦੀ ਪ੍ਰੋਫਾਈਲ ਦੇ ਉੱਤੇ ਹੀ ਲਗਾਓ, ਜੇਕਰ ਤੁਹਾਡੀ ਪ੍ਰੋਫਾਈਲ ਅੱਛੀ ਨਹੀਂ ਹੈ ਤਾਂ ਟੂਰਿਸਟ ਵੀਜ਼ੇ 'ਤੇ ਜਾਣ ਦਾ ਕੋਸ਼ਿਸ਼ ਨਾ ਕਰੋ। ਥੋੜ੍ਹੀ ਜਿਹੀ ਪਹਿਲਾਂ ਆਪਣੀ ਪ੍ਰੋਫਾਈਲ ਬਣਾਓ, ਸਾਲ ਕੁ ਲਾਓ, ਇੱਥੇ ਕੋਈ ਕੰਮ ਧੰਦਾ ਕਰੋ, ਤਾਂ ਫਿਰ ਪੇਰੈਂਟਸ ਦੀ ਵੀ ਥੋੜ੍ਹੀ ਜਿਹੀ ਇਮਦਾਦ ਦੇ ਨਾਲ ਤੁਸੀਂ ਟੂਰਿਸਟ ਵੀਜ਼ਾ ਲੈ ਸਕਦੇ ਹਾਂ, ਕਿ ਪੇਰੈਂਟਸ ਦਾ ਵੀ ਦਿਖਾ ਸਕਦੇ ਹਾਂ ਕਿ ਉਹ ਵੀ ਤੁਹਾਡੀ ਹੈਲਪ ਕਰਨਗੇ ਘੁੰਮਣ ਵਿੱਚ, ਲੇਕਿਨ ਕੁਛ ਤਾਂ ਤੁਹਾਡੇ ਕੋਲ ਵੀ ਹੋਵੇ ਨਾ। ਤਾਂ ਗਾਈਜ਼, ਇਹ ਸੀਗੀ ਅੱਜ ਦੀ ਵੀਡੀਓ ਜਿਹਦੇ ਵਿੱਚ ਮੈਂ ਤੁਹਾਨੂੰ ਦੱਸਿਆ ਕਿ ਟੂਰਿਸਟ ਵੀਜ਼ਾ ਜੇਕਰ ਲੇਟ ਹੋ ਜਾਏ ਤਾਂ ਤੁਹਾਨੂੰ ਕੀ ਕਰਨਾ ਚਾਹੀਦਾ, ਆਪਣੀ ਜਿਹੜੀ ਫਾਈਲ ਨੂੰ ਅਪਡੇਟ ਜ਼ਰੂਰ ਕਰ ਦਿਓ, ਜੇਕਰ ਤੁਹਾਡਾ ਜਿਹੜਾ ਹੈਗਾ ਘੁੰਮਣ ਦਾ ਪਰਪਸ ਖਤਮ ਹੋ ਰਿਹਾ ਜਾਂ ਖਤਮ ਹੋ ਚੁੱਕਾ ਤਾਂ ਉਹਨੂੰ ਜ਼ਰੂਰ ਅਪਡੇਟ ਕਰ ਦਿਓ। ਫੰਡ ਜੇਕਰ ਉਹ ਕਹਿੰਦੇ ਆ ਕਿ ਇਹਨੂੰ ਅਪਡੇਟ ਕਰੋ, ਪਰ ਉਹ ਈਮੇਲ ਆਈ ਆ ਤਾਂ ਹੀ ਉਹਨੂੰ ਅਪਡੇਟ ਕਰੋ, ਨਹੀਂ ਤਾਂ ਉਹ ਕੰਸੀਡਰ ਹੋ ਜਾਣਗੇ ਪੁਰਾਣੇ ਹੀ, ਤਾਂ ਇਸ ਤਰ੍ਹਾਂ ਤੁਹਾਡਾ ਪ੍ਰੋਸੈਸਿੰਗ ਟਾਈਮ ਜਿਹੜਾ ਠੀਕ ਹੋ ਜਾਊਗਾ। ਔਰ ਗਾਈਜ਼, ਜੇਕਰ ਮਤਲਬ ਤੁਹਾਨੂੰ ਤੁਹਾਡੀ ਫਾਈਲ ਥੋੜ੍ਹੀ ਜਿਹੀ ਡਿਲੇ ਹੋ ਰਹੀ ਹੈ, ਤਾਂ ਤੁਹਾਡੀ ਫਾਈਲ ਜਿਹੜੀ ਇਮੀਗ੍ਰੇਸ਼ਨ ਅਧਿਕਾਰੀ ਕੋਲ ਔਰ ਪੋਜ਼ਿਟਿਵ ਰਿਜ਼ਲਟ ਆਉਣ ਦੇ ਚਾਂਸ, ਤਾਂ ਦੱਸਿਓ ਤੁਹਾਨੂੰ ਇਹ ਇਨਫੋਰਮੇਸ਼ਨ ਦੋਸਤੋ ਕਿਸ ਤਰ੍ਹਾਂ ਲੱਗੀ। ਚੰਗੀ ਲੱਗੀ ਤਾਂ ਲਾਈਕ ਕਰ ਦਿਓ, ਹੁਣ ਤੱਕ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਕਿਰਪਿਆ ਸਬਸਕ੍ਰਾਈਬ ਕਰਕੇ ਆਈ ਬੈਲ ਕਨ ਦਬਾ ਦਿਓ, ਤਾਂ ਜੋ ਇਹੋ ਜਿਹੀਆਂ ਇਨਫੋਰਮੇਟਿਵ ਵੀਡੀਓ ਜਦੋਂ ਵੀ ਮੈਂ ਪਾਵਾਂ
ਯੂਟਿਊਬ 'ਤੇ ਤਾਂ ਤੁਹਾਡੇ ਤੱਕ ਨੋਟੀਫਿਕੇਸ਼ਨ ਜਿਹੜਾ ਤੁਰੰਤ ਆ ਜਾਊਗਾ। ਇਹਨੂੰ ਸ਼ੇਅਰ ਵੀ ਦੱਬ ਕੇ ਕਰ ਦਿਓ। ਤੁਹਾਡੇ ਮੈਨੂੰ ਪਤਾ ਦੋਸਤ ਮਿੱਤਰ ਕੁਛ ਕਨੇਡਾ 'ਚ ਹੈ, ਕੁਛ ਇੱਧਰ ਉੱਧਰ, ਉਹ ਸਾਰੇ ਨਹੀਂ ਮੇਰੀ ਵੀਡੀਓ ਦੇਖਦੇ, ਉਹਨਾਂ ਨੂੰ ਸ਼ੇਅਰ ਕਰ ਦਿਓ। ਔਰ ਗਾਈਜ਼, ਜਿਹੜਾ ਹੈਗਾ ਇਸ ਚੈਨਲ ਨੂੰ ਹੁਣ ਤੁਸੀਂ ਮੈਂਬਰਸ਼ਿਪ ਵੀ ਕਰ ਸਕਦੇ ਹਾਂ। ਜਿਹੜੇ ਸਬਸਕ੍ਰਾਈਬ ਕਰ ਚੁੱਕੇ ਆ ਉਹ ਜੁਆਇਨ ਬਟਨ ਉਹਨਾਂ ਨੂੰ ਦਿਸੂਗਾ, ਉਹ ਜੁਆਇਨ ਬਟਨ ਦੱਬ ਦੇਣ। ਦੋਸਤੋ, ਇਸ ਵੀਡੀਓ ਨੂੰ ਮੈਂ ਇੱਥੇ ਕਰੂੰਗਾ ਸਮਾਪਤ। ਤੁਰਤ ਲਊਂਗਾ ਇਜਾਜ਼ਤ। ਸਤਿ ਸ਼੍ਰੀ ਅਕਾਲ, ਨਮਸਕਾਰ, ਕੇਮ ਸੋ, ਮੌਜਾ ਮਾਣਦੇ ਹੋ, ਮੌਜਾ ਮਾਣਦੇ ਰਹੋ। ਔਰ ਅਗਲੀ ਵੀਡੀਓ ਲੈ ਕੇ ਫਿਰ ਹੋਊਂਗਾ ਹਾਜ਼ਰ। ਹੁਣ ਦਿਓ ਇਜਾਜ਼ਤ। ਸਤਿ ਸ਼੍ਰੀ ਅਕਾਲ। DJ.